ਮਾਂ ਬਾਪ ਨੂੰ ਫਿਕਰ ਪੈ ਜਾਂਦਾ ਇਹਦਾ ਵਿਆਹ ਕਰੀਏ, ਬੱਚੇ ਦੀ ਸ਼ਾਦੀ ਕਰੀਏ। ਹਾਂਜੀ, ਜਵਾਨ ਹੋ ਗਿਆ, ਜਵਾਨ ਹੋ ਗਿਆ ਉਹ ਜੀ, 20-25 ਸਾਲਾਂ ਦੀ ਬੱਚੇ ਦੀ ਸ਼ਾਦੀ ਹੋ ਜਾਂਦੀ ਹੈ ਤੇ ਹਜੇ ਬਕਾਇਆ 15 ਸਾਲ ਉਹਦੀ ਮਾਂ ਦੇ ਦੁੱਧ ਦੀ ਤਾਕਤ ਰਹਿੰਦੀ ਹੈ। ਰਹਿਣ ਤੋਂ ਬਾਅਦ ਜਿਸਲੇ ਉਹਦੀ ਉਮਰ ਹੋ ਜਾਂਦੀ ਹੈਗੀ 40 ਸਾਲ, ਜਿਸਲੇ 40 ਸਾਲ ਉਮਰ ਹੋ ਜਾਂਦੀ ਹੈ ਤੇ ਉਹ ਬੱਚੇ ਉਹਦੇ 3-4 ਬੱਚੇ ਹੋ ਜਾਂਦੇ ਆ, 3-4 ਬੱਚੀਆਂ, 3-4 ਬੱਚੇ ਹੋ ਜਾਂਦੇ ਤਾਂ ਉਹ ਹੋ ਜਾਂਦਾ ਕਿੰਨੇ ਦਾ, 40 ਸਾਲਾਂ। ਆਓ ਜੀ ਬਿਸਮਿਲ ਦਾ ਜੀ ਆਇਆਂ ਨੂੰ। ਜਿਸਲੇ ਉਹ ਹੋ ਜਾਂਦਾ ਹੈਗਾ 40 ਸਾਲਾਂ ਦਾ, ਫਿਰ ਇਹਦੀ ਆਪਣੀ ਉਮਰ ਉਹਦੀ ਖਤਮ ਹੋ ਜਾਂਦੀ ਹੈ। ਫਿਰ ਕਿਹਦੀ ਸ਼ੁਰੂ ਹੋ ਜਾਂਦੀ ਹੈ? ਢੱਗੇ ਵਾਲੀ। ਜਿਸਲੇ ਢੱਗੇ ਵਾਲੀ ਉਮਰ ਹੋ ਜਾਂਦੀ ਹੈ ਤੇ ਉਹ ਕਹਿੰਦਾ ਯਾਰ ਛੋਟੇ ਬੱਚੇ ਦੀ ਬੈਠਕ ਬਣਾ ਲਈਏ। ਜਿਵੇਂ ਕਹਿੰਦੇ ਨਾ, ਉਮਰ ਹੋ ਗਈ 40 ਤੇ ਗਲ ਚ ਪੈ ਗਈ 45। ਉਹ 45 ਵਾਲੀ ਗੱਲ ਹੀ ਹੈ। ਹਾਂਜੀ। ਅੱਛਾ, ਉਹ ਬੱਚੇ ਦੀ ਉਮਰ 41ਵਾਂ ਸਾਲ ਸ਼ੁਰੂ ਹੋ ਜਾਂਦਾ ਤੇ ਉਹ ਢੱਗੇ ਵਾਲੀ ਉਮਰ ਸ਼ੁਰੂ ਹੋ ਜਾਂਦੀ ਹੈ। ਹਾਂਜੀ। ਉਹ ਫਿਰ ਦਿਨ ਰਾਤ ਨਾ ਬੜਾ ਨਹਰਦਾ ਢੱਗਦਾ ਭੱਜਦਾ ਬੱਟਣਾ, ਸਿਰ ਨੂੰ ਉਹਨੇ ਗੱਡਾ ਬਣਾ ਲੈਣਾ ਤੇ ਪੈਰਾਂ ਨੂੰ ਬਣਾ ਲੈਣਾ ਬੋਲਦ, ਇੱਧਰ ਨੱਠ ਉੱਧਰ ਨੱਠ ਉੱਧਰ ਨੱਠ, ਛੋਟੇ ਬੱਚੇ ਦੀ ਬੈਠਕ ਬਣਾ ਲਓ, ਬੜੇ ਦੀ ਡੇੜੀ ਬਣਾ ਲਓ, ਕਰ ਕਰਾ ਕੇ ਉਹਦੀ ਆਪਣੀ ਉਮਰ ਖਤਮ ਹੋ ਜਾਂਦੀ ਹੈ ਤੇ ਗੋਡੇ ਖੋਚਲੇ ਹੋ ਜਾਂਦੇ ਆ। ਫਿਰ ਉਹਦੇ ਪੋਤੇ ਪੋਤੀਆਂ ਤਕੜੇ ਹੋ ਜਾਂਦੇ ਆ ਤੇ ਉਮਰ ਹੋ ਜਾਂਦੀ ਸ਼ੁਰੂ ਕਿਹਦੀ, ਕੁੱਤੇ ਵਾਲੀ 60 ਸਾਲ ਤੋਂ ਬਾਅਦ। 60 ਸਾਲ ਤੋਂ ਬਾਅਦ, 60 ਸਾਲ ਤੋਂ ਹੋ ਗਈ ਤੇ ਬੱਚੇ ਪੋਤੇ ਪੋਤੀਆਂ ਤਕੜੇ ਹੋ ਗਏ ਤੇ ਆਪੇ ਉਹ ਬੁੱਢਾ ਹੋ ਗਿਆ। ਹੋਣ ਤੋਂ ਬਾਅਦ ਫਿਰ ਕੀ ਕਰਦਾ ਉਹ ਜੋ ਕੋਈ ਗੱਲ ਕਰਦਾ, ਨਿਆਣੇ ਸਿਆਣੇ ਬੋਲਦੇ, ਉਹ ਕਹਿੰਦੇ ਅੱਬਾ ਜਦ ਤੈਨੂੰ ਕਿਸੇ ਗੱਲ ਦਾ ਨਹੀਂ ਪਤਾ ਤੇ ਕਿਉਂ ਕੁੱਤੇ ਤਰ੍ਹਾਂ ਭੌਂਕੀ ਜਾਂਦਾ। ਸਹੀ ਗੱਲ। ਫਿਰ ਉਹਦੀ ਕਿੰਨੀ ਉਮਰ ਹੋ ਜਾਂਦੀ ਹੈ? 80 ਸਾਲ। 80 ਸਾਲ ਹੋ ਜਾਂਦੀ ਹੈ। ਹੁੰਦਾ ਕੀ ਹੈ, ਉਹਦੀ ਕੁੱਤੇ ਵਾਲੀ ਉਮਰ ਏਦਾਂ ਗੁਜ਼ਰ ਜਾਂਦੀ ਹੈ। ਜੇ ਕਿਸੇ ਨੇ ਗੱਲ ਕਰਨੀ, ਨਿਆਣੇ ਨੇ ਦਬਕ ਦੇਣਾ, ਚੁੱਪ ਕਰ ਜਾ, ਨਾ ਵੀ ਕੁੱਤੇ ਤਰ੍ਹਾਂ ਭੌਂਕੀ ਜਾ, ਉਹਦਾ ਟਾਈਮ ਗੁਜ਼ਰ ਜਾਂਦਾ। ਫਿਰ ਉਹ ਜਿਸਲੇ ਹੋ ਜਾਂਦਾ 81ਵੇਂ ਸਾਲ 'ਚ ਸ਼ੁਰੂ ਹੋ ਜਾਂਦਾ ਤੇ ਜ਼ਿੰਦਗੀ ਸ਼ੁਰੂ ਹੋ ਜਾਂਦੀ ਕਿਹਦੀ, ਚਮਗਿੱਦੜ ਦੀ। ਚਮਚੜਿਕ ਦੀ। ਹਾਂਜੀ। ਉਹ ਹੋ ਜਾਂਦੀ ਧੱਖਾ ਦਾ ਨੂਰ, ਉਹਦਾ ਖਤਮ ਹੋ ਜਾਂਦਾ, ਅੰਨਾ ਜੂ ਹੋ ਜਾਂਦਾ 80 ਸਾਲਾਂ ਤੋਂ ਬਾਅਦ। ਤੇ ਉਹ ਘਰ ਦੇ ਜੀ ਉਹਦੇ ਕੋਲ ਤੰਗ ਹੋਣੇ, ਕਿਸੇ ਨੇ ਹਾਕ ਮਾਰਨੀ, ਉਹ ਫਲਾਨਿਆਂ ਇੱਧਰ ਨੂੰ ਆਈ, ਓਏ ਉਹਨੇ ਗੱਲ ਸੁਣੀ, ਪੋਤੇ ਪੋਤੀਆਂ ਨੇ ਗੱਲੇ ਨਾ ਸੁਣਨੀ, ਤੇ ਉਹ ਘਰ ਦੇ ਜੀ ਉਹਦੇ ਕੋਲ ਤੰਗ ਹੋਣੇ ਤੇ ਮੰਜਾ ਡਾ ਦੇਣਾ ਕਿੱਥੇ, ਡੇੜੀ 'ਚ ਲੰਘਦੇ ਵੰਗਦਿਆਂ ਪੈਰਾਂ ਦੀ ਵਿੜਕਾਣੀ, ਉਹਨੇ ਪੁੱਛਣਾ ਕੌਣ ਹੈ, ਤੇ ਅੱਗੇ ਪੋਤੇ ਪੋਤੀਆਂ ਨੇ ਕਹਿਣਾ ਇਹਨੇ ਕਿਉਂ ਕੁੱਤੇ ਤਰ੍ਹਾਂ ਭੁੱਕ ਜਾਂਦਾ ਜਾਂ ਤੈਨੂੰ ਨਜ਼ਰੇ ਨਹੀਂ ਆਉਂਦਾ। ਤੇ ਆਹ ਬੰਦੇ ਦੀ ਜ਼ਿੰਦਗੀ ਹੈ, ਜਿੰਨੇ ਮਰਜ਼ੀ ਪਸਾਰੇ ਪਸਾ ਲਓ। ਉਹ ਕਹਿੰਦੇ ਆ ਨਾ ਕਿ ਉਮਰ ਹੋ ਗਈ 100, ਭਾਵੇਂ ਮਰ ਤੇ ਭਾਵੇਂ ਰਹੋ ਰਹੋ ਹੈ ਜੀ, ਸਾਰਾ ਤੁਹਾਨੂੰ ਸਾਰਾ